ਗੁਰੂ ਪਿਆਰੀ ਸਾਧ ਸੰਗਤ ਜੀਓ ਸਿੱਖਾਂ ਬਿਨਾ ਹਿੰਦੁਸਤਾਨ ਅਧੂਰਾ ਆ ਸਾਡੇ ਦੇਸ਼ ਦੀ ਮਜ਼ਬੂਤ ਕੜੀ ਐ ਸਿੱਖ ਮੈਂ ਇੱਥੇ ਕੁਝ ਬੇਨਤੀਆਂ ਇਸ ਵਿਸ਼ੇ ਨੂੰ ਲੈ ਕੇ ਸਾਂਝੀਆਂ ਕਰਨੀਆਂ ਨੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਪਾਈ ਹੈ ਉਸ ਵੀਡੀਓ ਦੇ ਆਧਾਰ ਤੇ ਮੈਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਕਿ ਸਿੱਖ ਕਿਵੇਂ ਮੋਰੀ ਨੇ ਸਿੱਖਾਂ ਨੂੰ ਭੰਡਣ ਵਾਲਿਆਂ ਤੇ ਵੀ ਮੈਂ ਕੁਝ ਬੇਨਤੀਆਂ ਕਰਨੀਆਂ ਨੇ ਤੇ ਸਿੱਖਾਂ ਨੂੰ ਸਲਾਉਣ ਵਾਲਿਆਂ ਤੇ ਵੀ ਤੇ ਪਿਆਰਿਓ ਧਰਮ ਦੇ ਹਰ ਇੱਕ ਖਿੱਤੇ ਦਾ ਸਤਕਾਰ ਹਰ ਇੱਕ ਧਰਮ ਦਾ ਸਤਕਾਰ ਵਰਕਰਾਰ ਰੱਖਣਾ ਤੇ ਆਪਾਂ ਉਸ ਵਿਸ਼ੇ ਤੇ ਵੀ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸੋ ਸਾਰੇ ਜਣੇ ਪਹਿਲਾਂ ਤਾਂ ਫਤਿਹ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਤੇ ਸਤਿਗੁਰੂ ਦੇ ਮਹਾਨ ਕਾਰਜ ਜਿਹੜੇ ਪਾਏ ਹੋਏ ਪੂਰਨੇ ਤੇ ਇਹ ਚਲਾਇਆ ਹੋਇਆ ਪੰਥ ਇਹ ਕੌਮ ਸਤਿਗੁਰੂ ਦੀ ਕਿਰਪਾ ਸਦਕਾ ਅੱਜ ਚੱਲ ਰਿਹਾ ਆ ਤੇ ਸਾਡੇ ਗੁਰੂ ਪਾਤਸ਼ਾਹ ਨੇ ਜੋ ਪੂਰਨੇ ਪਾਏ ਨੇ ਕੁਰਬਾਨੀਆਂ ਕੀਤੀਆਂ ਨੇ ਅੱਜ ਉਹਨਾਂ ਦੇ ਸਦਕਾ ਸਾਨੂੰ ਵੱਖਰੀ ਪਹਿਚਾਣ ਮਿਲ ਪਾਈ ਹੈ ਜੇ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਸੱਚੇ ਪਾਤਸ਼ਾਹ ਨੇ ਪੂਰੀ ਦੁਨੀਆ ਦਾ ਭ੍ਰਮਣ ਕੀਤਾ ਤੇ ਪਿਆਰਿਓ ਅੱਜ ਗੁਰੂ ਪਾਤਸ਼ਾਹ ਨੂੰ ਆਪਾਂ ਧੰਨਵਾਦ ਕਰੀਏ ਕਿ ਉਹਨਾਂ ਨੇ ਸਾਡੀ ਵੱਖਰੀ ਪਛਾਣ ਬਣਾਈ ਉਥੇ ਇੱਕ ਸਾਂਝੀ ਭਾਈਵਾਲਤਾ ਤੇ ਇੱਕ ਸਾਂਝੀ ਪ੍ਰਥਾ ਦਾ ਵੀ ਉਹਨਾਂ ਨੇ ਨਿਰਮਾਣ ਕੀਤਾ ਜਿਦੇ ਵਿੱਚ ਸਾਰੇ ਆ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਵੇਖਿਆ ਕਿ ਮੰਦਰ ਦਾ ਗੁੰਮਜ ਮਸਜਿਦ ਨਾਲ ਟਕਰਾਰਿਆ ਤੇ ਮਸਜਿਦ ਵਾਲੇ ਮੰਦਰ ਨਾਲ ਉਥੇ ਗੁਰੂ ਪਾਰਸ਼ਾ ਨੇ ਇੱਕ ਅਜੀਹਾ ਪੰਥ ਚਲਾਇਆ ਨਾਨਕ ਨਿਰਮਲ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਜੀਹਾ ਪੰਥ ਚਲਾਤਾ ਤੇ ਇਹ ਵੀ ਕਿਹਾ ਗਿਆ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਨ ਹੋਈ ਪਾਰਸ਼ਾ ਕਹਿੰਦੇ ਨੇ ਕਿ ਕਿਤਾਬ ਨੂੰ ਖੋਲ ਕੇ ਪੁੱਛ ਗ੍ਰੰਥ ਨੂੰ Hindu ਵੱਡਾ ਕੇ ਮੁਸਲਮਨ ਹੋਈ ਲੜਾਈ ਧਰਮਾਂ ਦੀ ਹੋ ਰਹੀ ਹੈ ਸੋ ਪਿਆਰਿਓ ਅੱਜ ਵੀ ਲੜਾਈ ਧਰਮਾਂ ਦੀ ਐ ਉਸ ਵੇਲੇ ਵੀ ਧਰਮਾਂ ਦੇ ਨਾਂ ਤੇ ਲੜਾਈਆਂ ਸੀ ਪਰ ਪਿਆਰਿਓ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਹੀ ਖਤਮ ਕਰਤੀ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਗੱਲ ਹੀ ਖਤਮ ਕਰਤੀ ਕਿਉਂਕਿ ਜੇ ਸ਼ੁਭ ਗੁਣ ਨਹੀਂ ਨਾ ਹੈਗੇ ਸ਼ੁਭ ਅਮਲ ਨਹੀਂ ਨਾ ਤੁਹਾਡੇ ਕੋਲ ਕਹਿੰਦੇ ਤੁਹਾਨੂੰ ਦੋਨਾਂ ਨੂੰ ਰੋਣਾ ਪੈਣਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਜੀਹਾ ਸਾਂਝਾ ਸਥਾਨ ਬਣਾਤਾ ਪਿਆਰਿਓ ਜਿੱਥੇ ਹਰ ਕੋਈ ਆ ਸਕਦਾ ਹੈ ਅਰਦਾਸ ਕਰਵਾ ਸਕਦਾ ਹੈ ਭੇਟਾ ਵੀ ਦੇ ਸਕਦਾ ਹੈ ਮੰਦਰ ਦੇ ਵਿੱਚ ਕਹਿੰਦੇ ਸੀ ਅਸੀਂ ਨਹੀਂ ਆਉਣ ਦੰਦੇ ਮੁਸਲਮਾਨ ਭਰਾਵਾਂ ਨੂੰ ਮੁਸਲਮਾਨ ਭਰਾ ਕਹਿੰਦੇ ਸੀ ਅਸੀਂ ਹਿੰਦੂਆਂ ਨੂੰ ਮਸਜਿਦ ਮਸਦ ਮਸਜਿਦ ਨਹੀਂ ਆਉਣ ਦੰਦੇ ਸੋ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਜਿਹਾ ਸਥਾਨ ਬਣਾਤਾ ਜਿੱਥੇ ਹਰ ਕੋਈ ਆ ਸਕਦਾ ਹੈ ਹਰ ਕੋਈ ਆ ਕੇ ਨਮਸਕਾਰ ਹੋ ਸਕਦਾ ਹੈ ਪ੍ਰਸ਼ਾਦ ਲੈ ਸਕਦਾ ਤੇ ਪ੍ਰਸ਼ਾਦਾ ਵੀ ਮਿਲੇਗਾ ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵੇਖੋ ਸੋ ਪਿਆਰਿਓ ਇਸ ਕਰਕੇ ਮੈਂ ਬੇਨਤੀਆਂ ਸਾਂਝੀਆਂ ਕਰ ਰਿਹਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਪੂਰਨੇ ਪਾਇਆ ਜੇ ਹਿੰਦੂ ਧਰਮ ਦੀ ਰੱਖਿਆ ਦੀ ਗੱਲ ਕਰੀਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਪਰਾਲਾ ਕੀਤਾ ਤੇ ਪਿਆਰਿਓ ਇੱਥੇ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਉਹ ਵੀ ਸਮਝ ਲਿਓ ਜੀ ਪਿਆਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦਿੱਤਾ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਤੇ ਪਿਆਰਿਓ ਔਰੰਗਜ਼ੇਬ ਦੇ ਕੋਲੋਂ ਜੋ ਹੋ ਰਹਿ ਝੁਲਮ ਸੀ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਨੂੰ ਆਜ਼ਾਦ ਕਰਵਾ ਦਿੱਤਾ ਜਦੋਂ ਜ਼ਬਰਦਸਤੀ ਜਨੇਊ ਤੇ ਤਿਲਕ ਮੱਥਿਆਂ ਤੋਂ ਮਿਟਾਏ ਜਾ ਰਹੇ ਸੀ ਗੁਰੂ ਹਰਰਾਇ ਪਾਤਸ਼ਾਹ ਜੀ ਦਾਰਾਸ਼ ਕੋ ਵਰਗਿਆਂ ਨੂੰ ਆਪਣੇ ਦਵਾਈਖਾਨੇ ਦੇ ਵਿੱਚੋਂ ਦਵਾਈਆਂ ਦਿੰਦੇ ਨੇ ਇਹ ਨਹੀਂ ਵੇਖਿਆ ਭੇਦ ਭਾਵ ਕਿ ਇਹ ਵੈਰੀ ਐ ਇਹ ਸਾਡਾ ਦੁਸ਼ਮਣ ਐ ਨਾ ਉਹਨਾਂ ਦਾ ਵੀ ਇਲਾਜ ਕੀਤਾ ਪਿਆਰਿਓ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜੇ ਇੱਕ ਵਾਰੀ ਗਏ ਗਵਾਲੀਅਰ ਦੇ ਕਿਲੇ 'ਚ ਜਿਹੜੇ ਨਾਲ ਸੀ ਸੰਗੀ ਸੀ ਉਹਨਾਂ ਨੂੰ ਵੀ ਕੱਢ ਲਿਆਏ ਤੋ ਪਿਆਰਿਓ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਕੁਰਬਾਨੀ ਵੇਖੀਏ ਕਿੰਨੀ ਵੱਡੀ ਹੈ ਹਕੂਮਤ ਦੇ ਅੱਗੇ ਝੁਕੇ ਨਹੀਂ ਆਪਣਾ ਸ਼ਰੀਰ ਤੇ ਉਹਨਾਂ ਨੇ ਦੁੱਖ ਝੱਲ ਲਿਆ ਸ਼ਰੀਰ ਦੇ ਉੱਤੇ ਪਰ ਉਹਨਾਂ ਨੇ ਕਿਸੇ ਕੱਲੋਂ ਵੀ ਡੋਲਣ ਦਾ ਸਾਨੂੰ ਸੱਦਾ ਨਹੀਂ ਦਿੱਤਾ ਪਾਤਸ਼ਾਹ ਨੇ ਕਿਹਾ ਅਡੋਲ ਰਹਿਣਾ ਭਾਵੇਂ ਸਥਿਤੀ ਅਜਿਹੀ ਵੀ ਕਿਉਂ ਨਾ ਆ ਜਾਏ ਦੇਖੋ ਕਿੱਡਾ ਵੱਡਾ ਹੈ ਪਾਤਸ਼ਾਹ ਦਾ ਸਿੱਦਕ ਸੀ ਕਿੰਨਾ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਪਿਆਰਿਓ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮੈਂ ਗੁਰੂ ਪਾਤਸ਼ਾਹ ਦੀ ਦਸਾਂ ਗੁਰੂਆਂ ਪਾਤਸ਼ਾਹਾਂ ਦਾ ਜੇ ਇੱਥੇ ਬਿਆਨ ਕਰਨ ਲੱਗ ਜਾਵਾਂ ਇਤਿਹਾਸ ਤੇ ਬਹੁਤ ਲੰਮਾ ਗੱਲ ਬਣ ਜਾਣੀ ਐ ਸੋ ਪਿਆਰਿਓ ਇਹ ਪਾਏ ਹੋਏ ਪੂਰਨੇ ਨੇ ਜੋ ਅੱਜ ਸਾਡੇ ਸਾਹਮਣੇ ਸਾਨੂੰ ਸਾਫ਼ ਵਿਖ ਰਹੇ ਨੇ ਇਸ ਪੰਥ ਦੇ ਉੱਤੇ ਬੜੀਆਂ ਔਕੜਾਂ ਵੀ ਆਈਆਂ ਇਸ ਕੌਮ ਨੇ ਬੜੇ ਦਰਦ ਵੀ ਝੱਲੇ ਨੇ ਪਰ ਗੁਰੂ ਪਾਤਸ਼ਾਹ ਨੇ ਅੱਗੇ ਹੋ ਕੇ ਅਗਵਾਈ ਕੀਤੀ ਤੇ ਪਿਆਰਿਓ ਅੱਜ ਪੰਥ ਸਦਾ ਸਲਾਮਤ ਹੈ ਸਹੀ ਸਲਾਮਤ ਹੈ ਪੰਥ ਸਾਡਾ ਗੁਰਮੁਖ ਪਿਆਰਿਓ ਅੱਜ ਬੜੀ ਖੁਸ਼ੀ ਹੋਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਿੱਖਾਂ ਵਿਨਾ ਹਿੰਦੁਸਤਾਨ ਅਧੂਰਾ ਹੈ ਜਦੋਂ ਉਹਨਾਂ ਨੇ ਇਹ ਗੱਲ ਕਹੀ ਬੜਾ ਮਾਣ ਮਹਿਸੂਸ ਹੋਇਆ ਤੇ ਆਪਣੇ ਗੁਰੂਆਂ ਤੇ ਮਾਣ ਹੋਇਆ ਕਿ ਸਾਡੇ ਗੁਰੂਆਂ ਨੇ ਜੇ ਪੂਰਨੇ ਪਾਏ ਨੇ ਤਾਂ ਗੱਲ ਸਾਨੂੰ ਸੁਣਨ ਨੂੰ ਮਿਲੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਮਜ਼ਬੂਤ ਕੜੀ ਹੈ ਉਹ ਕੀ ਹੈ ਜੀ ਸਿੱਖ ਜਦੋਂ ਬਾਰਡਰਾਂ ਤੇ ਜਾਣਾ ਹੈ ਉਦੋਂ ਵੀ ਸਿੱਖ ਰੈਜੀਮੈਂਟ ਅੱਗੇ ਐ ਤੇ ਨਿਸ਼ਾਨ ਸਾਹਿਬ ਲੈ ਕੇ ਗੁਰੂ ਦਾ ਸਰੂਪ ਲੈ ਕੇ ਅੱਗੇ ਜਾਂਦੇ ਨੇ ਤੇ ਬਾਰਡਰ ਤੇ ਜਾ ਕੇ ਖੜ ਜਾਂਦੇ ਨੇ ਤਣ ਜਾਂਦੇ ਨੇ ਦਸਤਾਰਾਂ ਵਾਲੇ ਜੇ ਕਿਤੇ ਲੋੜ ਪੈਂਦੀ ਹੈ ਕੁਦਰਤੀ ਆਫਤ ਆਉਂਦੀ ਹੈ ਤੇ ਖਾਲਸਾ ਏਡ ਵਰਗੀਆਂ ਸੰਸਥਾਵਾਂ ਚਲੀਆਂ ਜਾਂਦੀਆਂ ਨੇ ਜੀ ਲੋਕਾਂ ਦੀ ਰੱਖਿਆ ਦੇ ਲਈ ਜੇ ਕਿਤੇ ਜ਼ਰੂਰਤ ਪੈਂਦੀ ਹੈ ਤੇ ਲੰਗਰ ਵੀ ਚਲਾਇਆ ਜਾਂਦਾ ਸੋ ਪਿਆਰਿਓ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਅੱਜ ਅੰਮ੍ਰਿਤਸਰ ਵਰਗੇ ਸ਼ਹਿਰ ਅੱਜ ਵੱਡੇ ਵੱਡੇ ਹੋਰ ਸ਼ਹਿਰ ਤੇ ਜਿਨ੍ਹਾਂ ਦੇ ਵਿੱਚ ਤਖਤ ਸਹਿ ਮੌਜੂਦ ਨੇ ਸੋ ਪਿਆਰਿਓ ਉਹਨਾਂ ਦੇ ਲਈ ਖਾਸ ਉਹਨਾਂ ਨੇ ਐਲਾਨ ਕੀਤਾ ਤੇ ਬਹੁਤ ਜਲਦ ਸ਼ਾਇਦ ਉਹ ਗੱਲ ਜਿਹੜੀ ਹੈ ਪੂਰੀ ਹੋ ਜਾਵੇ ਸੋ ਇਨਫਰਾਸਟ੍ਰਕਚਰ ਦਾ ਕੰਮ ਜੋ ਚੱਲ ਰਿਹਾ ਹੈ ਕੰਸਟਰਕਸ਼ਨ ਦਾ ਕੰਮ ਜੋ ਚੱਲ ਰਿਹਾ ਹੈ ਉਸ ਨੂੰ ਜਲਦੀ ਜਲਦੀ ਪੂਰਾ ਕਰਨ ਦੇ ਲਈ ਸ਼ਹਿਰਾਂ ਦਾ ਸੁੰਦਰੀਕਰਨ ਕਰਨ ਦੇ ਲਈ ਖਾਸ ਕਰਕੇ ਜਿੱਥੇ ਸਾਡੇ ਤਖਤ ਸਾਹਿਬ ਨੇ ਜਾਂ ਗੁਰੂ ਸਹਿਵਾਨਾਂ ਦੀਆਂ ਖਾਸ ਨਿਸ਼ਾਨੀਆਂ ਸੰਭਾਲੀਆਂ ਪਈਆਂ ਨੇ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਸੋ ਗੁਰਮਖ ਪਿਆਰਿਓ ਸਰਕਾਰ ਕੋਈ ਵੀ ਹੋਵੇ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਨਾ ਕੋਈ ਵੀ ਇਨਸਾਨ ਹੋਵੇ ਉਹ ਚੰਗਾ ਆ ਉਹ ਬੰਦਾ ਭਲਾ ਆ ਤੇ ਅਸੀਂ ਉਹਦੀ ਵਡਿਆਈ ਕਰੀਏ ਤੇ ਜਾਂ ਫਿਰ ਉਹਨੂੰ ਭੰਡਿਏ ਇਹ ਗੱਲਾਂ ਠੀਕ ਨਹੀਂ ਹੈਗੀਆਂ ਇੱਥੇ ਮੈਂ ਤਾਂ ਕਰ ਰਿਹਾ ਕਿਉਂਕਿ ਉਸ ਬੰਦੇ ਨੂੰ ਭਾਵੇਂ ਕੋਈ ਕੁਝ ਵੀ ਕਹੀ ਜਾਵੇ ਪਰ ਜੋ ਅੱਜ ਉਹਨੇ ਗੱਲ ਕਹੀ ਹੈ ਉਹ ਬਿਲਕੁਲ ਉਹਦੇ ਵਿੱਚ ਸਚਾਈ ਹੈ ਸਚਾਈ ਜਿਹੜੀ ਹੈ ਜ਼ਰੂਰ ਹੈ ਉਸ ਦੀ ਗੱਲ ਦੇ ਵਿੱਚ ਤੇ ਮੈਂ ਬੇਨਤੀ ਕਰਦਾ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਤੋਂ ਆਹ ਗੱਲ ਵੀ ਕਹਾਤੀ ਨਾ ਕਿ ਸਿੱਖ ਇੱਕ ਮਜ਼ਬੂਤ ਕੜੀ ਹੈ ਹਿੰਦੁਸਤਾਨ ਸਿੱਖਾਂ ਬਿਨਾਂ ਅਧੂਰਾ ਹੈ ਏ ਲੋ ਇਹ ਗੱਲ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਐ ਜਿਹੜੇ ਲੋਕ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਨੇ। ਇਹ ਲੋ ਇਹ ਗੱਲ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਐ ਜਿਹੜੇ ਲੋਕ ਕਹਿੰਦੇ ਨੇ ਅਸੀਂ ਤੇ ਇਕੱਲੇ ਹੀ ਰਹਾਂਗੇ। ਸੋ ਪਿਆਰਿਓ ਉਹਨਾਂ ਨੇ ਸਾਬਤ ਕਰਤਾ ਕਿ ਇੱਕ ਇਹ ਗੁਲਦਸਤਾ ਹੈ ਜਿਹਦੇ ਵਿੱਚ ਇਹ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਹੋਏ ਨੇ ਪਿਆਰਿਓ ਧਰਮਾਂ ਦੇ ਫੁੱਲ ਪਿਆਰੇ ਪਿਆਰੇ ਤੇ ਸਾਡਾ ਦੇਸ਼ ਇੱਕ ਫੁੱਲਾਂ ਦੀ ਮਹਿਕ ਐ ਤੇ ਸਾਡਾ ਦੇਸ਼ ਇੱਕ ਗੁਲਦਸਤਾ ਹੈ। ਸਾਡੇ ਦੇਸ਼ ਦੀ ਮਜ਼ਬੂਤ ਕੜੀ ਹੈ ਸਿੱਖ ਜਿੱਥੇ ਲੋੜ ਪੈਂਦੀ ਹੈ ਅਸੀਂ ਸਿੱਖਾਂ ਨੂੰ ਅੱਗੇ ਖੜਾ ਕਰ ਸਕਦੇ ਹਾਂ ਪਿਆਰਿਓ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਐਡੀ ਵੱਡੀ ਗੱਲ ਉਸ ਬੰਦੇ ਦੇ ਮੂੰਹ ਚੋਂ ਕਹਾਤੀ ਨਾ ਤੇ ਕਦੇ 파ਤਸ਼ਾਹ ਕਿਰਪਾ ਕਰਨ ਉਸ ਬੰਦੇ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਉਹ ਤੋ ਇਹ ਗੱਲ ਵੀ ਕਹਾ ਦੇਣ ਕਿ ਸਿੱਖ ਜਿਹੜੇ ਬੰਦੀ ਸਿੱਖ ਨੇ ਉਹਨਾਂ ਨੂੰ ਅਸੀਂ ਰਿਹਾ ਕਰ ਰਹੇ ਹਾਂ ਸਾਰਿਆਂ ਨੂੰ ਉਹ ਆਪਣੇ ਆਪਣੇ ਘਰ ਜਾਣ ਤੇ ਜਿਹੜਾ ਵੀ ਕੋਈ ਬੰਦਾ ਹੈ ਨਿਰਦੋਸ਼ ਉਹਦੇ ਉੱਤੇ ਸਾਰੇ ਅਸੀਂ ਕੇਸ ਵਾਪਸ ਲੈਨੇ ਅਮਰਤਪਾਲ ਸਿੰਘ ਵਾਰਿਆਂ ਵਰਗੇ ਵੀ ਉਹ ਬਿਆਨ ਦੇ ਦੇਣ ਸੋ ਪਿਆਰਿਓ ਇਹ ਪਰਦਾਸ ਕਰਿਏ ਸੋ ਆਪਣੇ ਤੇ ਮਾਣ ਮਹਿਸੂਸ ਕਰਿਏ ਆਪਣੇ ਗੁਰੂਆਂ ਨੇ ਕੀ ਕੁਰਬਾਨੀਆਂ ਕੀਤੀਆਂ ਕਹਿੋ ਜੇ ਪੂਰਨੇ ਪਾਏ ਅੱਜ ਮੈਂ ਨੌਜਵਾਨੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਿਆਰਿਓ ਗੁਰਸਿੱਖੀ ਵੱਲ ਮੁੜਾਈਏ ਤੇ ਦਸਤਾਰਾਂ ਸਜਾਈਏ ਅਮਰਤ ਛਕੀਏ ਪਾਠ ਕਰੀਏ ਗੁਰੂ ਘਰਾਂ ਵੱਲ ਚੱਲੀਏ ਆ ਸਾਰੇ ਫੋਕੇ ਲੋਕਾਂ ਦੇ ਅਸੀਂ ਸਾਥ ਛੱਡ ਕੇ ਗੁਰੂ ਨੂੰ ਸਮਰਪਿਤ ਹੋ ਜਾਈਏ ਸੋ ਇਹਨੀਆਂ ਕੋ ਬੇਨਤੀਆਂ ਮੈਂ ਕਰਨੀਆਂ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ